ਸਬਸਕ੍ਰਾਈਬ ਕਰੋ NC7 ਨਿਊਜ਼ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ। ਪੰਜਾਬ ਸਰਕਾਰ ਜਿੱਥੇ ਪਰਾਲੀ ਸਾੜ ਨੂੰ ਰੋਕਣ ਲਈ ਸਖਤੀ ਦੇ ਦਾਅਵੇ ਕਰ ਰਹੀ ਹੈ, ਉੱਥੇ ਕਿਸਾਨਾਂ ਨੇ ਸ਼ਰੇਆਮ ਪਰਾਲੀ ਸਾੜ ਕੇ ਪ੍ਰਸ਼ਾਸਨ ਤੇ ਸਰਕਾਰ ਨੂੰ ਮੰਗਾ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਸਿੱਧੀ ਚੇਤਾਵਨੀ ਭਵਾਨੀਗੜ੍ਹ ਦੇ ਕਿਸਾਨਾਂ ਨੇ ਦਿੱਤੀ ਹੈ। ਇਨ੍ਹਾਂ ਕਿਸਾਨਾਂ ਨੇ ਸਰਕਾਰੀ ਹੁਕਮਾਂ ਦੇ ਭੋਰਾ ਪ੍ਰਵਾਹ ਨਾ ਕਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਜੇ ਸਰਕਾਰ ਮਸਲੇ ਦਾ ਹੱਲ ਨਹੀਂ ਕਰ ਸਕਦੀ ਤਾਂ ਉਹਨਾਂ ਨੂੰ ਇਹੀ ਕਰਨ ਲਈ ਮਜਬੂਰ ਹੋਣਾ ਪਵੇਗਾ। ਇਹ ਸਰਕਾਰ ਦੇ ਰਵੱਈਏ ਨੂੰ ਦੇਖ ਕੇ, ਪ੍ਰਸ਼ਾਸਨ ਦੇ ਰਵੱਈਏ ਨੂੰ ਦੇਖ ਕੇ ਅਸੀਂ ਕੀਤਾ ਹੈ। ਸਾਨੂੰ ਮੁੜਮਾ ਕੋਈ ਪ੍ਰਬੰਧ ਸਰਕਾਰ ਦੇ ਨਹੀਂ ਸਕੀ। ਉੱਤੋਂ ਸਰਕਾਰ ਕਿਸਾਨਾਂ ਨੂੰ ਡਰਾਉਣ ਲੱਗੀ ਹੋਈ ਹੈ ਵੀ ਜੇ ਤੁਸੀਂ ਅੱਗ ਲਾਓਗੇ ਅਸੀਂ ਬਹੁਤ ਕੁਛ ਕਰ ਦਾਂਗੇ। ਅਸੀਂ ਇਹ ਕਿਸਾਨਾਂ ਦਾ ਡਰ ਕੱਢਣਾ ਚਾਹੁੰਦੇ ਹਾਂ, ਲੋਕਾਂ ਦੀ ਅਦਾਲਤ ਮੂਹਰੇ। ਲੋਕਾਂ ਮੂਹਰੇ ਕੋਈ ਸਰਕਾਰ ਵੱਡੀ ਨਹੀਂ, ਸਾਨੂੰ ਕੋਈ ਪ੍ਰਬੰਧ ਨਹੀਂ ਦੇ ਸਕੀ। ਸਰਕਾਰ ਸਾਡੇ ਨਾਲ ਅਧਿਕਾਰੀ ਬਹਿ ਕੇ ਗੱਲ ਤਾਂ ਕਰਨਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰਾਂ ਪਰਾਲੀ ਨੂੰ ਖੇਤਾਂ ਵਿੱਚ ਹੀ ਨਸ਼ਟ ਕਰਨ ਲਈ ਮੁਕੰਮਲ ਮਦਦ ਨਹੀਂ ਕਰ ਰਹੀਆਂ, ਇਸ ਲਈ ਪਹਿਲਾਂ ਹੀ ਕਰਜ਼ੇ ਹੇਠਾਂ ਦੱਬੇ ਕਿਸਾਨ ਕੋਲ ਅੱਗ ਲਾਉਣ ਤੋਂ ਇਲਾਵਾ ਕੋਈ ਵੀ ਹੋਰ ਰਸਤਾ ਨਹੀਂ ਹੈ। ਵੱਡੀਆਂ ਮਸ਼ੀਨਾਂ ਵੱਡੇ ਟਰੈਕਟਰ ਨਾਲ ਚੱਲਦੀਆਂ ਨੇ ਜੀ, ਉਸ ਤੋਂ ਬਾਅਦ ਜਿਹੜਾ ਛੋਟਾ ਕਿਸਾਨ ਹੈ, ਮੰਨ ਲਓ ਕਿਸੇ ਕੋਲੇ ਇਹ ਕਹਿੰਦੇ ਨੇ ਹੈਪੀ ਸੀਡਰ ਨਾਲ ਕਣਕ ਬੀਜ ਲਓ, 4 ਕਿੱਲੇ ਕਿਸਾਨ ਕੋਲੇ ਜ਼ਮੀਨ ਦੇ ਹੈ, ਉਹਨੇ ਹੈਪੀ ਸੀਡਰ ਨਾਲ ਬੀਜ ਲਈ, ਉਸ ਤੋਂ ਬਾਅਦ ਉਹ 'ਚ ਕੋਈ ਬਿਮਾਰੀ ਦੀ ਸਮੱਸਿਆ ਆਉਂਦੀ ਹੈ, ਉਦੋਂ ਸਾਡੀ ਕੋਈ ਗੱਲ ਨਹੀਂ ਸੁਣਦਾ। ਹੁਣ 4 ਕਿੱਲਿਆਂ ਤਾਂ ਉਹੀ ਕਮਾਉਂਦਾ, ਉਹੀ ਖਾਂਦਾ। ਪਰਾਲੀ ਤੋਂ ਅੱਗ ਤੋਂ ਬਿਨਾਂ ਜੀ ਕਣਕ ਦੀ ਬਿਜਾਈ ਹੈ ਜਿਹੜੀ, ਉਹ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਵਾਸਤਾ ਪਾ ਕੇ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਸੀ, ਪਰ 100 ਦਿਨ ਤੇ ਵਾਸਤੇ ਪਾਉਣ ਨਾਲ ਨਾ ਤਾਂ ਕਿਸਾਨਾਂ ਦੀ ਮਦਦ ਹੋ ਸਕਦੀ ਹੈ ਤੇ ਨਾ ਹੀ ਪਰਾਲੀ ਦਾ ਕੋਈ ਹੱਲ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ।